ਹੈਲੋ ਹਾਂਜੀ ਮੇਰੀ ਕਲ ਐਡਵੋਕੇਟ ਹਰੀਸ਼ ਹੈ ਢੰਡਾ ਜੀ ਨਾਲ ਹੋ ਰਹੀ ਹੈ ਜੀ ਜੀ ਮੱਖੂ ਜੀ ਤੁਹਾਡੀ ਆਵਾਜ਼ ਹੀ ਪਛਾਣਨ ਲੱਗ ਗਿਆ ਸਤਿ ਸ੍ਰੀ ਅਕਾਲ ਸੇ ਤਾਂ ਚੜਦੀ ਕਲਾ ਚ ਨੇ ਚੜਦੀ ਕਲਾ ਵਾਹਿਗੁਰੂ ਪਲਾ ਕਰੇ ਜੀ ਢੰਡਾ ਸਾਹਿਬ ਇੱਕ ਜਾਣਕਾਰੀ ਮੈਂ ਲੈਣੀ ਸੀ ਕਿਉਂਕਿ ਇੱਕ ਬਹੁਤ ਵੱਡੀ ਚਰਚਾ ਛੜੀ ਹੋਈ ਹੈ ਹਾਂਜੀ ਵਿਧਾਨ ਸਭਾ ਦੇ ਵਿੱਚ ਵੀ ਅਕਸਰ ਕੀ ਜੇ ਗੱਲ ਕਰੀਏ ਤੇ ਪੂਰੇ ਪੰਜਾਬ ਕੀ ਪੂਰੇ ਵਿਸ਼ਵ ਦੀ ਚਰਚਾ ਛੜੀ ਹੋਈ ਹੈ ਹੂੰ ਵੀ ਪੀਟੀਸੀ ਨੇ ਦਰਬਾਰ ਸਾਹਿਬ ਦੇ ਲਾਈਵ ਟੈਲੀਕਾਸਟ ਦੇ ਉੱਪਰ ਕਬਜ਼ਾ ਕੀਤਾ ਹੋਇਆ ਲੰਮੇ ਸਮੇਂ ਤੋਂ ਹੂੰ ਹੂੰ ਜੇ ਮੰਨ ਲੋ ਭਗਵੰਤਮਾ ਨੇ ਗੱਲ ਕਹਿੰਦੇ ਆ ਵੀ ਲਾਈਵ ਟੈਲੀਕਾਸਟ ਜਿਹੜਾ ਉਹ ਫ੍ਰੀ ਹੋਣਾ ਚਾਹੀਦਾ ਹਰ ਕਿਸੇ ਨੂੰ ਚਲਾਉਣ ਦਾ ਅਧਿਕਾਰ ਹੋਣਾ ਚਾਹੀਦਾ ਓ ਕਿਤੇ ਅਸੀਂ ਵੀ ਸੇਖਾਂ ਹੈਨਾ ਢਾਲੀਵਾਲ ਨੇ ਵੀ ਗੱਲ ਕਹੀਏ ਵੀ ਅਸੀਂ ਵੀ ਸੇਖਾਂ ਅਸੀਂ ਚਾਹੁੰਦੇ ਆ ਗੁਰਬਾਣੀ ਦਾ ਪ੍ਰਚਾਰ ਕਰ ਕਰ ਤੱਕ ਆਪੜੇ ਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਇਹਦੇ ਵਿੱਚ ਤਕਲੀਫ ਕੀ ਹੋ ਰਹੀ ਹੈ ਮੈਂ ਵੀ ਇਹ ਗੱਲ ਚਾਹੁੰਦਾ ਮੈਂ ਵੀ ਗੁਰਬਾਣੀ ਦਾ ਜਿਹੜਾ ਪ੍ਰਸਾਰਣ ਹੈ ਹਰ ਕੋਈ ਕਰ ਸਕਦਾ ਹੋਵੇ ਹਰ ਚੈਨਲ ਨੂੰ ਅਧਿਕਾਰ ਹੋਣਾ ਚਾਹੀਦਾ ਆ ਇਹਦੇ ਵਿੱਚ ਹੁਣ ਅਬਜੈਕਸ਼ਨ ਕੀ ਆ ਰਿਹਾ ਮੈਨੂੰ ਲੱਗਦਾ ਵੀ ਸਾਰੀ ਦੁਨੀਆ ਖੁਸ਼ਕ ਹੋਵੇਗੀ ਇਕੱਲਾ ਸਖਵੀ ਨਹੀਂ ਸੁਖਬੀਰ ਸੁਖਬੀਰ ਮੈਂ ਇਹਦੇ ਵਿੱਚ ਬਾਤ ਚਾਹਨਾ ਦੁਖੀ ਸੁਪੀ ਦਾ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੈਂ ਦੱਸਾਂ ਕਿ ਜੁਲਾਈ 98 ਦੇ ਵਿੱਚ ਸ਼ੁਰੂਆਤ ਹੋਈ ਜਦ ਐਸਟੀਪੀਸੀ ਨੇ ਸੋਚਿਆ ਕਿ ਗੁਰਬਾਣੀ ਦਾ ਪ੍ਰਸਾਰਣ ਕੀਤਾ ਜਾਵੇ ਹੂੰ ਇਹਨਾਂ ਨੇ ਇੱਕ ਪੰਜਾਬ ਟੂਡੇ ਨਾਮ ਦੀ ਕੰਪਨੀ ਨਾਲ ਕੀਤਾ ਉਹ ਚਲਾ ਨਹੀਂ ਸਕੇ ਓਕੇ ਫਿਰ ਪੰਜਾਬੀ ਵਰਲਡ ਟੈਲੀਵਿਜ਼ਨ ਨਾਲ ਕੀਤਾ ਉਹ ਵੀ 2 ਮਹੀਨੇ ਚਲਾ ਕੇ ਚੱਲਦੇ ਬਨੇ ਫਿਰ 2000 ਦੇ ਵਿੱਚ ਚਲਦੇ ਚਲਦੇ ETC ਨਾਲ ਕੀਤਾ। ਹੂੰ ਫਿਰ ETC ਆ ਜਿਹੜੀ ਉਹਦੇ ਤੋਂ ਵੀ ਚਲਾ ਚਲੂ ਨਹੀਂ ਹੋਇਆ ਕਿਉਂਕਿ ETC ਨੂੰ ਪਹਿਲੇ ਵਾਲੇ ਨੇ ਜਿਹੜਾ NITVC ਉਹਨੇ ਰਾਈ ਟ੍ਰਾਂਸਫਰ ਕੀਤੇ ਸੀ ਉਹਦੇ ਤੇ SCPSC ਨੇ ਇਤਰਾਜ਼ ਕੀਤਾ ਕਿ ਤੁਸੀਂ ਟ੍ਰਾਂਸਫਰ ਨਹੀਂ ਕਰ ਸਕਦੇ। ਹੂੰ ਫਿਰ ਬ੍ਰੌਡਕਾਸਟ ਦੀ ਇੱਕ ਸਬਕਮੇਟੀ ਬਣੀ। ਜੀ ਕਿ ਉਹ ਉਹ ਦੇਖੇ ਕਿ ਕਿੰਦਾ ਐਗਰੀਮੈਂਟ ਕਰਨਾ ਹੈ। ਹੂੰ ਫਿਰ ਅਲਟੀਮੇਟਲੀ 7 ਅਪ੍ਰੈਲ 2003 ਨੂੰ ਟੈਂਡਰ ਫਲੋਟ ਕੀਤੇ ਹਮ ਐਸਜੀਪੀਸੀ ਨੇ ਸਪੈਸ਼ਲ ਕਮੇਟੀ ਬਣਾ ਕੇ ਕਿ ਆਪਣਾ ਚੈਨਲ ਚਲਾਈਏ ਜੀ ਉਹ ਇੰਨਾ ਮਹਿੰਗਾ ਪੈ ਰਿਆ ਸੀ ਕਿ ਉਹ ਚੱਲ ਨਹੀਂ ਸਕਦਾ ਤੇ ਨਾ ਹੀ ਇਹਨਾਂ ਕੋਲ ਤੌਰ ਤਰੀਕੇ ਸੀ ਚਲਾਉਣ ਦੇ ਐਕਸਪਰਟਿਸ ਜੀ ਨੂੰ ਕਹਿੰਦੇ ਓਕੇ ਫਿਰ ਈਟੀਸੀ ਨਾਲ ਮੁੜ ਕੇ ਗੱਲ ਖੁੱਲਦੀ ਖੁੱਲੀ ਗਈ ਜਿਹੜੀ ਅਲਟੀਮੇਟਲੀ ਈਟੀਸੀ ਨੇ ਵੀ ਆਪਣੇ ਰਾਈਟ ਈਟੀਸੀ ਨਾਲ ਦੀ ਜ਼ੀ ਵਾਲਿਆਂ ਦੀ ਸੀ ਠੀਕ ਹੈ ਜੀ ਇਹਨਾਂ ਨੇ ਟਰਾਂਸਫਰ ਕਰਤੇ ਇੱਕ ਕੰਪਨੀ ਨੂੰ ਨੈਕਸਟ ਮੀਡੀਆ ਪ੍ਰਾਈਵੇਟ ਲਿਮਟਿਡ ਠੀਕ ਹੈ ਜੀ ਇਹ ਨੈਕਸਟ ਮੀਡੀਆ ਪ੍ਰਾਈਵੇਟ ਲਿਮਟਿਡ ਫਿਰ ਇਹ ਪੀਟੀਸੀ ਹੈ ਅਚਾ ਚਾ ਉਹੀ ਈਟੀਸੀ ਜਿਹੜਾ ਆ ਓਪੀਟੀਸੀ ਬਣ ਗਿਆ ਹਾਈ ਪੁਰਾਣਾ ਦਿੱਤਾ ਹੋਇਆ ਉਹੀ ਚੱਲਦਿਆ ਉਹ ਦੇਖ ਕੇ ਫਿਰ ਜਦ ਇਹਨੂੰ ਰਾਈਟ ਦਿੱਤੇ ਪਹਿਲਾਂ ਤਾਂ ਇਹਨਾਂ ਨਾਲ ਸਟ੍ਰਕ ਲੜਾਈ ਚੱਲੀ ਉਹਨੇ ਜਦ ਇਹਨਾਂ ਨੂੰ ਦੇ ਦਿੱਤਾ ਤਾਂ ਕੇਸ ਕਰਤਾ ਨਾਰਥ ਇੰਡੀਆ ਟੀਵੀ ਨੇ ਚੰਡੀਗੜ੍ਹ ਕੋਰਟ ਦੇ ਵਿੱਚ ਉਹ ਫਿਰ ਡਿਸਮਿਸ ਹੋਏ ਕੇਸ ਅਲਟੀਮੇਟਲੀ ਜਦ ਪੀटीसी ਨੂੰ ਦਿੱਤਾ ਜੁਡੀਸ਼ੀਅਲ ਕਮਿਸ਼ਨ ਤੋਂ ਰੈਕਟੀਫਾਈ ਕਰਾ ਕੇ ਅੱਛਾ ਤੇ ਜਨਰਲ ਹਾਊਸ ਤੋਂ ਰੈਕਟੀਫਾਈ ਕਰਾ ਕੇ ਹੂੰ ਫਿਰ ਪੰਜਾਬ ਰੈਨਾ ਹਾਈ ਕੋਰਟ ਚ ਦੌਰ ਰਿੱਟਾਂ ਲੱਗੀਆਂ ਕਿ ਇੱਕ ਚੈਨਲ ਨੂੰ ਦਿੱਤਾ ਨਹੀਂ ਜਾ ਸਕਦਾ ਅੱਛਾ ਉਹਦੇ ਵਿੱਚ ਸਿੱਖ ਬੁੱਧੀਜੀਵ ਕਈ ਦਖਲ ਦੇ ਕੇ ਵਿੱਚ ਪੇਸ਼ ਹੋਏ ਕਿ ਸਾਡੀ ਵੀ ਸੁਣਵਾਈ ਹੋਵੇ ਹਾਂ ਅਦਾਲਤ ਨੇ ਸਾਰਿਆਂ ਨੂੰ ਸੁਣਿਆ ਹਾਂ ਸਾਰਿਆਂ ਨੂੰ ਸੁਣ ਕੇ ਉਹਨਾਂ ਨੇ ਹੋਲਡ ਕੀਤਾ ਕਿ ਇਹ ਜਿਹੜਾ ਰਾਈਟ ਹੈ ਇਹ ਰਾਈਟ ਐਸਜੀਪੀਸੀ ਦਾ ਦੇ ਅੰਤ ਜੀ ਇਹਦੇ ਚ ਕੋਈ ਦਖਲ ਪਬਲਿਕ ਇੰਟਰਸਟ ਲਿਟੀਗੇਸ਼ਨਲ ਦਖਲ ਨਹੀਂ ਦੇ ਸਕਦਾ ਹਮ ਨਾਲੇ ਉਹਨਾਂ ਨੇ ਕਿਹਾ ਨਾ ਤੇ ਕੋਸਟ ਕੋਈ ਨਹੀਂ ਹਾਂ ਤੇ ਅਗਲੀ ਗੱਲ ਜਿਹੜੀ ਉਹਨਾਂ ਨੇ ਇਹ ਕਹੀ ਕਿ ਕੋਈ ਬੰਦਾ ਸੰਤੋਸ਼ ਚ ਨਹੀਂ ਹੈ ਜੀ ਹੁਣ ਇਹ ਸਾਰਾ ਕੁਝ ਹੋਣ ਦੇ ਬਾਅਦ ਫਿਰ 2011 ਦੇ ਵਿੱਚ ਐਗਰੀਮੈਂਟ ਹੁੰਦਾ ਹੈ ਪੀਟੀਸੀ ਨਾਲ ਪਹਿਲਾਂ ਤਾਂ ਪੁਰਾਣੇ ਨਾਲ ਚਲੰਦੀ ਰਹਿੰਦੀ ਨਹੀਂ ਫਿਰ ਨਵਾਂ ਐਗਰੀਮੈਂਟ ਹੁੰਦਾ ਨਵੇਂ ਐਗਰੀਮੈਂਟ ਦੇ ਵਿੱਚ ਇਹ ਹੁੰਦਾ ਹੈ ਕਿ 1 ਕਰੋੜ ਰੁਪਇਆ ਹਾਂ ਪਰ ইয়ার ਉਹੋ এডਿਕੇਸ਼ਨ ਫੰਡ ਚ ਦੇਣਗੇ ਐਸ ਕੌਣ ਦੇਣਗੇ ਪੀਟੀਸੀ ਚੈਨਲ ਦੇ ਵਿੱਚ ਪੀਟੀਸੀ ਜੀ ਪੀਟੀਸੀ ਚੈਨਲ ਹਾਂ 10% ਹਰ ਸਾਲ ਇਨਕਰੀਜ਼ ਹੋਊਗਾ ਤੇ ਅੱਜ 2 ਕਰੋੜ ਪੀਟੀਸੀ ਦੇ ਰਹੀ ਹੈ ਉਹ 10% ਇਨਕਰੀਜ਼ ਦੇ ਬਾਅਦ ਆ ਇੱਕ ਬੰ ਮੈਂ ਚਾਹੁੰਦਾ ਕਿ ਦਰਸ਼ਕਾਂ ਨੂੰ ਹਰ ਗੱਲ ਦੀ ਨਾ ਸਮਝ ਪੈਂਦੀ ਰਹੇ ਸਰੋਤਿਆਂ ਨੂੰ ਵੀ ਹਾਂਜੀ बीटीसी ਚੈਨਲ ਨੇ ਜਦੋਂ ਸ਼ੁਰੂਆਤ ਕੀਤੀ ਹੈ ਲਾਈਵ ਟੈਲੀਕਾਸਟ ਦੀ ਹਾਂਜੀ ਇੱਕ ਕਰੋੜ ਰੁਪਈਆ ਇਹ ਪੱਲਿਓਂ ਦਿੰਦੇ ਆ ਪੱਲਿਓਂ ਪੱਲਿਓਂ ਜੀ ਪੱਲ ਆ ਕੇ ਦਸਾਂ ਸਾਲਾਂ ਦੇ ਵਿੱਚ ਜਿਹੜਾ ਆ ਇਹ ਕਰੀਬ 2 ਕਰੋੜ ਬਣ ਗਿਆ ਕਿਉਂਕਿ 10% ਇਨਕਰੀਜ਼ ਹੋਣਾ ਸੀ ਇਨਕਰੀਜ਼ ਹੋ ਕੇ ਹਰ ਸਾਲ 10% ਵਧੀ ਗਿਆ 10 ਸਾਲਾਂ ਬਾਅਦ ਉਹ 2 ਕਰੋੜ ਹੋ ਗਿਆ ਪਹਿਲੇ ਸਾਲ ਕਰੋੜ ਫਿਰ 1 ਕਰੋੜ 10 ਲੱਖ ਫਿਰ 1 ਕਰੋੜ 20 ਲੱਖ 30 ਲੱਖ ਹੁੰਦਾ ਹੁੰਦਾ ਹੁਣ 2 ਕਰੋੜ ਹੋ ਗਿਆ ਮੈਂ ਇੱਥੇ ਰੁਕਣਾ ਚਾਹੁੰਦਾ ਮੈਂ ਜੀ ਜਾਣਕਾਰੀ ਲੈਂਦਾ ਜਾਵਾਂ ਮੈਂ ਪਿਛਲੇ ਦਿਨਾਂ ਦੇ ਵਿੱਚ ਕਿਸੇ ਤਖਤ ਸਾਹਿਬ ਦੇ ਕਿਸੇ ਜ਼ਿੰਮੇਵਾਰ ਪਰਸਨ ਨਾਲ ਗੱਲ ਕੀਤੀ ਸੀ ਉਹ ਕਹਿੰਦਾ ਸੀ 50 ਲੱਖ ਰੁਪਈਆ ਪੱਲਿਓਂ ਦੇਣੇ ਆ ਤਾਂ ਚੈਨਲ ਨੂੰ ਵੀ ਉਹ ਚੈਨਲ ਜਿਹੜਾ ਸਾਡਾ ਟੈਲੀਕਾਸਟ ਕਰ ਰਿਹਾ ਹੈ ਦਿੱਲੀ ਕਮੇਟੀ ਕਹਿੰਦੀ ਅਸੀਂ ਪੱਲਿਓਂ ਦੇਣੇ ਆ ਹਜ਼ੂਰ ਸਾਹਿਬ ਕਹਿੰਦੇ ਅਸੀਂ ਪੱਲਿਓਂ ਦੇਣੇ ਆ ਇੱਥੇ ਪ੍ਰਤਮਾ ਸਾਹਿਬ ਪੱਲਿਓਂ ਦੇ ਰਹੇ ਆ ਇੱਥੇ ਸੁਖਬੀਰ ਬਾਦਲ ਦਾ ਕੀ ਬੈਨੀਫਿਟ ਹੈ ਵੀ ਸੁਖਬੀਰ ਬਾਦਲ 2 ਕਰੋੜ ਰੁਪਈਆ ਪੱਲਿਓਂ ਦੇ ਰਿਹਾ ਹੈ ਸੁਖਬੀਰ ਬਾਦਲ ਗੁਰੂ ਚਰਨਾਚ ਜੁੜਿਆ ਆ ਤਕਲੀਫ ਹੈ ਨਹੀਂ ਕੋਈ ਹੋਰ ਕਾਰਨ ਤੇ ਹੋਵੇਗਾ ਕੋਈ TRP ਦਾ ਮਸਲਾ ਹੋਵੇਗਾ ਦੇਖੋ ਹੁਣ TRP ਵੀ ਦੱਸ ਦਿੰਨਾ ਤੁਹਾਨੂੰ ਹਮ ਪਹਿਲੀ ਗੱਲ ਤਾਂ ਇਹ ਤਿੰਨ ਚੈਨਲਾਂ ਤੇ ਚੱਲਦਾ ਹੈ ਇੱਕ ਚੈਨਲ ਤਾਂ ਪਿਓਰਲੀ ਡੈਡੀਕੇਟਿਡ ਇਹਦੇ ਲਈ ਹੋਏ ਜਿਹਦੇ ਤੇ 18 ਘੰਟੇ ਚੱਲਦਾ ਜੀ PTC ਸਿਮਰਨ ਜੀ ਸਿਮਰਨ ਦੋ ਹੋਰ ਚੈਨਲਾਂ ਜਿਹਦੇ ਤੇ 6 ਘੰਟੇ ਤੇ 7 ਘੰਟੇ ਚੱਲਦਾ ਉਹਦੇ ਤੇ ਹੋਰ ਪ੍ਰੋਗਰਾਮ ਵੀ ਆਉਂਦੇ ਆ ਨਾਓ ਫੇਰ ਇਹੀ ਨਹੀਂ ਹੈ ਇਦੇ ਲਾਵਾ ਐਸਜੀਪੀਸੀ ਦੇ ਸਾਰੇ ਇਵੈਂਟ ਕਵਰ ਕਰਨ ਲਈ ਪੀਟੀਸੀ ਕਰਦੀ ਹੈ ਉੱਥੇ ਜਾ ਕੇ ਕੈਮਰੇ ਲਾਣੇ ਉੱਥੇ ਜਾ ਕੇ ਟੀਮਾਂ ਭੇਜਣੀਆਂ ਉਹਦਾ ਪ੍ਰਸਾਰਣ ਕਰਨਾ ਪੂਰੇ ਐਸਜੀਪੀਸੀ ਦਾ ਧਰਮ ਪ੍ਰਚਾਰ ਪੂਰਾ ਉਹ ਵੀ ਫ੍ਰੀ ਕਰਦੀ ਹੈ ਪੀਟੀਸੀ ਹੂੰ ਹੂੰ ਫਿਰ ਪੀਟੀਸੀ ਦੇ ਨਾਲ ਇਹ ਵੀ ਐਗਰੀਮੈਂਟ ਹੈ ਕਿ ਜਿੱਥੇ ਗੁਰਬਾਣੀ ਚਲਣੀ ਹੈ ਕੋਈ ਐਡਵਰਟਾਈਜ਼ਮੈਂਟ ਨਹੀਂ ਹੋਊਗਾ 5 ਮਿੰਟ ਪਹਿਲਾਂ ਤੇ 5 ਮਿੰਟ ਬਾਅਦ ਜੀ ਉਹ ਐਡਵਰਟਾਈਜ਼ਮੈਂਟ ਹੋ ਸਕਦਾ ਹੈ ਇਮੀਡੀਏਟਲੀ ਪਹਿਲਾਂ ਨਹੀਂ ਹੋ ਸਕਦਾ ਕਿਉਂਕਿ 7 ਵਜੇ ਮੰਨ ਲਓ ਚੈਨਲ ਚੱਲਣਾ ਹੈ ਤਾਂ ਬੰਦੇ 2-4 ਮਿੰਟ ਪਹਿਲਾਂ ਜੁੜੇ ਜਾਂਦੇ ਆ ਕਿ 5 ਮਿੰਟ ਪਹਿਲਾਂ ਕੋਈ ਐਡਵਰਟਾਈਜ਼ਮੈਂਟ ਨਹੀਂ ਹੋਊਗਾ ਠੀਕ ਹੈ 5 ਮਿੰਟ ਪਹਿਲਾਂ ਤੇ 5 ਮਿੰਟ ਬਾਅਦ ਜਿਹੜਾ ਹੈ ਹੁਣ ਹੁਣ ਨਾ ਇੱਕ ਭਲਿੱਖਾ ਲੋਕਾਂ ਦੇ ਮਨ 'ਚ ਪਾਇਆ ਜਾਂਦਾ ਜਿਵੇਂ ਮਾਨਸਾ ਬੋਲੇ ਆ ਮੁੱਖ ਮੰਤਰੀ ਦੇ ਮੂੰਹ 'ਚੋਂ ਲਫ਼ਜ਼ ਝੂਠੇ ਸਜਦੇ ਨਹੀਂ ਇਹ ਨਹੀਂ ਕਿ ਉਹਨਾਂ ਨੂੰ ਪਤਾ ਨਹੀਂ ਹੈ ਸਭ ਪਤਾ ਹੈ ਪਰਪਸਫੁਲੀ ਸਿਆਸਤ ਖੇਲਦੇ ਆ ਹੁਣ ਸਟਾਰ ਟੀਵੀ ਹੈ ਜਿਹਦੇ ਤੇ ਸਟਾਰ ਸਪੋਰਟਸ ਜਿੱਦੇ ਤੇ ক্রিকেট ਮੈਚ ਆਂਦਾ। ਹੂੰ। ਜਦੋਂ ক্রিকেট ਮੈਚ ਚੱਲਦਾ ਹੁੰਦਾ। ਹੂੰ। ਉਸ ਟਾਈਮ ਉਹਦਾ ਐਡਵਰਟਾਈਜ਼ਮੈਂਟ ਦੀ ਕਾਸਟ ਹੁੰਦੀ ਹੈ ਟੀਆਰਪੀ ਦੇ ਅਨੁਸਾਰ। ਜੀ। ਉਹ ਕਾਸਟ ਹੁੰਦੀ ਹੈ 10 ਲੱਖ ਰੁਪਇਆ 1 ਸੈਕਿੰਡ ਦਾ। ਹਾਂ। 10 ਲੱਖ 1 ਸੈਕਿੰਡ ਦਾ ਦੱਸ ਰਿਹਾ ਤੁਹਾਨੂੰ ਮੈਂ। ਓਕੇ ਜਦੋਂ ਆਹ ক্রিকেট ਚੱਲ ਰਿਹਾ ਹੁੰਦਾ ਯਾਰ। ਜਦ ਚੱਲ ਰਿਹਾ ਹੁੰਦਾ। ক্রিকেট ਚੱਲਣ ਤੋਂ 5 ਮਿੰਟ ਪਹਿਲਾਂ ਆ ਜਾਓ। ਹਾਂ। ਤਾਂ ਉਹ 1000 ਰੁਪਇਆ ਪਰ ਸੈਕਿੰਡ ਹੁੰਦਾ। ਨੀ ਚੈਨਲ ਉਹੀ ਹੈ। ਚੈਨਲ ਉਹੀ ਹੈ ਐਡ ਵੀ ਹੋਈ ਹੈ ਐਡ ਵੀ ਹੋਈ ਹੈ ਫਿਰ ਇੱਕ ਇ ਇਨਾ ਫਰਕ ਕਿਉਂ ਕਿ ਕਿਉਂਕਿ ਟੀਆਰਪੀ ਤੇ ਹੈ ਨਾ ਜੀ ਐਡਵਰਟਾਈਜ਼ਮੈਂਟ ਐਡਵਰਟਾਈਜ਼ਮੈਂਟ ਦੀ ਕਾਸਟ ਟੀਆਰਪੀ ਤੇ ਹੈ ਜੇ ਟੀਆਰਪੀ ਦਾ ਸਮਾਂ ਤੋਂ ਪ੍ਰੋਗਰਾਮ ਦੇ ਨਾਲ ਹੈ ਪ੍ਰੋਗਰਾਮ ਨਾਲ ਹੈ ਨਾ ਕਿ ਚੈਨਲ ਨਾਲ ਤੇ ਫਿਰ ਜੀ ਇਸੇ ਗੱਲ ਤੋਂ ਆਪਾਂ ਉਸ ਪਾਸੇ ਲੈ ਲਈਏ ਚਲੋ ਮੰਨਿਆ ਵੀ ਸੁਖਵੀਰ ਬਾਦਲ ਉਹਦੇ ਵਿੱਚ ਕਮਾਈ ਨਹੀਂ ਕਰ ਰਿਹਾ ਐਡਵਰਟਾਈਜ਼ਮੈਂਟ ਨਹੀਂ ਦੇ ਰਿਹਾ ਪਰ ਦਰਬਾਰ ਸਾਹਿਬ ਨੂੰ ਪੂਰਾ ਵਿਸ਼ਾ ਵੇਖਦਾ ਟੀਆਰਪੀ ਤੇ ਸੁਖਵੀਰ ਬਾਦਲ ਨੂੰ ਮਿਲਦੀ ਪਈ ਹੈ ਨਾ ਟੀਆਰਪੀ ਦੇ ਕਰਕੇ ਬਾਕੀ ਪ੍ਰੋਗਰਾਮ ਉਹਨਾਂ ਦੇ ਰੇਟ ਵਿੱਚ ਵਧਦੇ ਪਏ ਨੇ ਨਾ ਉੱਪਰ ਜੇ ਇਹਦੇ ਵਿੱਚ ਐਡਵਰਟਾਈਜ਼ਮੈਂਟ ਦਿੰਦੇ ਤਾਂ ਰੇਟ ਵਧਨੇ ਸੀ ਕਿ ਗੁਰਬਾਨੀ ਐਨੇ ਦੇਖਦੇ ਆ ਹਾਂ ਸੁਖਬੀਰ ਬਾਦਲ ਨੂੰ ਸੀਸ ਮਿਲਦੀ ਹੈ ਯਸ਼ ਮਿਲਦਾ ਹੈ ਕਿ ਚਲਾ ਰਹੇ ਆ ਸੁਖਬੀਰ ਬਾਦਲ ਨੂੰ ਟੀਆਰਪੀ ਨਹੀਂ ਮਿਲਦੀ ਪੀਟੀਸੀ ਨੂੰ ਹੂੰ ਟੀਆਰਪੀ ਮਿਲਣੀ ਹੈ ਇੱਕ ਗੱਲ ਇੱਕ ਗੱਲ ਨੋਟ ਕਰੋ ਜੇ ਤੁਸੀਂ ਮੰਨ ਲਓ ਇੱਕ ਕੇਸ ਕਿਸੇ ਗਰੀਬ ਦਾ ਫ੍ਰੀ ਲੜ ਲਿਆ ਹਨਾ ਹਾਂ ਤੇ ਉਹਦੇ ਨਾਲ ਤੁਹਾਨੂੰ ਇੱਕ ਟੀਆਰਪੀ ਮਿਲ ਗਈ ਵੀ ਜਿਹੜੇ ਦੇ ਗਰੀਬ ਬੰਦੇ ਦਾ ਜਿਹੜਾ ਕੇਸ ਲੜਿਆ ਉਸ ਤੋਂ ਬਾਅਦ ਬਾਕੀ ਵੀ ਤੇ ਤੁਹਾਨੂੰ ਪਹਿਣਗੇ ਨਾ ਬਾਕੀ ਲੋਕ ਵੀ ਤੇ ਤੁਹਾਡੇ ਕੋਲ ਆਣਗੇ ਨਾ ਇਹ ਇਹ ਗੱਲ ਮੈਂ ਥੋੜੀ ਤੁਹਾਡੀ ਹੋਗੀ ਇਹ ਗੱਲ ਮੈਂ ਥੋੜੀ ਐਗਰੀ ਕਰਦਾ ਜੇ ਮੈਂ 10 ਕੇਸ ਫ੍ਰੀ ਲੜਦਾ ਲੋਕੀ ਕਹਿਣਗੇ ਯਾਰ ਢਾਂਡਾ ਵਕੀਲ ਵਧੀਆ ਨੂੰ ਵਕੀਲ ਕਰ ਲਈਏ ਹਾਂ ਪਰ ਇਹ ਕਹੋ ਕਿ ਮੈਂ ਫ੍ਰੀ ਕੇਸ ਐਸਲੀ ਕਰਦਾ ਕੇਸ ਕਰਨ ਲਈ ਇਹ ਝੂਠ ਹੈ ਕਿ 10 ਕੇਸਾਂ ਮਗਰ ਮੈਨੂੰ 10 ਫ੍ਰੀ ਕਰਾ ਤਾਂ ਮੈਨੂੰ ਸਰਕਾਰ ਇੱਕ ਕੇਸ ਦੇ ਦਿੰਦੀ ਹੋਵੇ ਫਿਰ ਤੁਸੀਂ ਕਹਿ ਸਕਦੇ ਮਾਦਾ ਲਾਹਾ ਲੈਣਾ ਹੂੰ ਜੇ ਪ੍ਰਾਈਵੇਟ ਪਾਰਟੀ ਮੈਨੂੰ ਇੰਡੀਪੈਂਡੈਂਟ ਇੰਗੇਜ ਕਰਦੀ ਹੈ ਹਾਂ ਮੈਨੂੰ ਯਸ਼ ਮਿਲਿਆ ਮੇਰੀ ਪੋਪੂਲੈਰਿਟੀ ਮਿਲੀ ਪੀਟੀਸੀ ਨੂੰ ਯਸ਼ ਮਿਲ ਰਿਹਾ ਹੈ ਸਿੱਸਾ ਮਿਲ ਰਹੀ ਹੈ ਪੀ ਪੀ ਪੀਟੀਸੀ ਪੋਪੂਲਰ ਹੋ ਰਹੀ ਹੈ ਕਿ ਗੁਰਬਾਣੀ ਚਲੰਦੀ ਪੀਟੀਸੀ ਪੋਪੂਲਰ ਹੋ ਰਹੀ ਹੈ ਪੀਟੀਸੀ 2 ਕਰੋੜ ਰੁਪਈਆ ਦੇ ਰਹੀ ਹੈ ਹੈਨਾ ਹਾਂ ਪਰ ਉਹਦਾ ਕਾਰਨ ਦੂਸਰਾ ਪੱਖ ਵੀ ਦੇਖੋ ਨਾ ਦਰਬਾਰ ਸਾਹਿਬ ਦੇ ਟੈਲੀਕਾਸਟ ਕਰਕੇ ਤੇ ਪੀਟੀਸੀ ਅੱਜ ਦਰਬਾਰ ਸਾਹਿਬ ਦਾ ਲਾਈਵ ਟੈਲੀਕਾਸਟ ਬੰਦ ਹੋ ਗਿਆ ਫਿਰ ਪੀਟੀਸੀ ਖੜਦੀ ਵੀ ਕਿੱਥੇ ਹੈ ਪੀਟੀਸੀ ਦੀ ਕਮਾਈ ਦਰਬਾਰ ਸਾਹਿਬ ਦੇ ਪ੍ਰਸਾਰਣ ਤੋਂ ਨਹੀਂ ਹੈ ਹੂੰ ਉਹ اور ਦੂਜੇ ਪ੍ਰੋਗਰਾਮਾਂ ਚੋਂ ਆਏ ਪਰ ਦੂਜੇ ਪ੍ਰੋਗਰਾਮਾਂ ਤੇ ਵੀ ਇਸੇ ਕਰਕੇ ਹੀ ਉਹਨਾਂ ਦਾ ਜਿਹੜਾ ਆ ਰੇਟ ਹਾਈ ਹੋ ਰਿਹਾ ਨਾ ਕਿਉਂਕਿ ਲਾਈਵ ਟੈਲੀਕਾਸਟ ਦਰਬਾਰ ਸਾਹਿਬ ਦਾ ਲੋਕ ਦੇਖਦੇ ਨੇ ਲੋਕ ਜੁੜੇ ਨੇ ਰਾਗੀ ਸਿੰਘ ਐਡ ਕਰਾਉਂਦੇ ਨੇ ਰਾਗੀ ਸਿੰਘਾਂ ਕੋਲੋਂ ਪੈਸਾ ਲਿਆ ਜਾਂਦਾ ਆ ਬਾਕੀ ਜੇ ਮੰਨ ਲਓ ਦਰਬਾਰ ਸਾਹਿਬ ਦੇ ਉਹ ਨਹੀਂ ਲੈਂਦੇ ਤੇ ਬਾਕੀ ਕਿਸੇ ਕੋਈ ਬਾਬਾ ਕਹਿ ਦਿੰਦਾ ਮੈਂ ਲਾਈਵ ਕਰਾਉਣਾ ਉਧਰੋਂ ਪੈਸੇ ਲਈ ਜਾਂਦੇ ਨੇ ਕਹਿਣ ਤੋਂ ਭਾਵੇਂ ਵੀ ਕਿਤੇ ਨਾ ਕਿਤੇ ਟੀਆਰਪੀ ਤੇ ਮਿਲਦੀ ਪਈ ਹੈ ਨਾ ਸਰ ਜਿੰਨੇ ਗੁਰਦੁਆਰਾ ਸਾਹਿਬਾਂ ਨੇ ਲੁਧਿਆਣੇ ਦੇ ਦੁਖਨਵਾਰਨ ਸਾਹਿਬ ਹੈ ਹੂੰ ਇਹ ਫਾਸਟ ਵੇ ਤੇ ਚਲਵਾ ਰਹੇ ਆਂ ਹਾਂਜੀ ਸਫਾਰਸ਼ਾਂ ਨਾਲ ਚਲਵਾਉਂਦੇ ਆ ਕਿ ਸਾਡਾ ਚਲਵਾ ਦਿਓ ਜੀ ਹੁਣ ਪਟਨਾ ਸਾਹਿਬ ਵਾਲੇ 50 ਲੱਖ ਦਿੰਦੇ ਆ ਉਹ ਉਹ ਜਿਹੜੀ ਟੀਵੀ ਚਲਾਂਦੀ ਆ ਉਹਨੂੰ ਵੀ ਇਹੋ ਜਿਹੀ ਗੁੱਡਵਿਲ ਮਿਲਦੀ ਹੋਣੀ ਆ ਜਿਹੜੀ ਆਪਾਂ ਦੋਨੇ ਸੋਚ ਰਹੇ ਆਂ ਬੈਠ ਕੇ ਹੂੰ ਜਿਹੜੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੈਸੇ ਦੇ ਕੇ ਚਲਵਾਉਂਦੀ ਆ ਪ੍ਰਸਾਰਣ ਬੰਗਲਾ ਸਾਹਿਬ ਤੋਂ ਤੇ ਸੀਸਕਨ ਸਾਹਿਬ ਤੋਂ ਉਹ ਉਹ ਚੈਨਲ ਵੀ ਇਹੋ ਜਿਹੀ ਕੁਝ ਲੈਂਦਾ ਹੋ ਹਾਂ ਦੇਖੋ ਇਹ ਨਾ ਭਗਵੰਤ ਮਾਨ ਜੀ ਦਾ ਇਹ ਕਹਿਣਾ ਕਿ ਹੁਣ ਚੈਨਲ ਫ੍ਰੀ ਹੋਣਗੇ ਮੈਨੂੰ ਇਸ ਝੂਠ ਤੇ ਤਕਲੀਫ ਹੁੰਦੀ ਹੈ ਫ੍ਰੀ ਤਾਂ ਪਹਿਲਾਂ ਹੀ ਆ ਇੱਕ ਸਵਾਲ ਹੈ ਮੇਰਾ ਜੇ ਮੰਨ ਲੋ ਸੁਖਬੀਰ ਬਦਲ ਪੱਲਿਓ ਪੈਸੇ ਦੇ ਰਿਹਾ ਆਇਆ ਹੈ ਨਾ ਪਰ ਸ਼੍ਰੋਮਣੀ ਕਮੇਟੀ ਨੂੰ ਪਤਾ ਵੀ 2 ਕਰੋੜ ਰੁਪਈਆ ਸਾਨੂੰ ਐਜੂਕੇਸ਼ਨ ਫੰਡ ਦਾ ਸਾਡੇ ਕੋਲ ਆ ਰਿਹਾ ਆਇਆ ਹੈ ਨਾ ਹਾਂਜੀ ਔਰ ਸਾਡਾ ਫਰੀ ਦੇ ਵਿੱਚ ਨਾਲੇ ਟੈਲੀਕਾਸਟ ਹੋ ਰਿਹਾ ਪੂਰੇ ਵਿਸ਼ਵ ਦੇ ਵਿੱਚ ਨਾਲੇ 2 ਕਰੋੜ ਰੁਪਈਆ ਸਾਨੂੰ ਚੜੇ ਸਾਲ ਆ ਰਿਹਾ ਆਇਆ ਇਹ ਗੱਲ ਨੂੰ ਜਨਤਕ ਕਿਉਂ ਨਹੀਂ ਕਰ ਦਿੰਦੇ ਵੀ ਭਾਈ ਸਾਨੂੰ ਨਾਲੇ ਤਾਂ 2 ਕਰੋੜ ਰੁਪਈਆ ਦਿੰਦੇ ਪਏ ਨੇ ਨਾਲੇ ਸਾਡੇ ਸਾਰੇ ਪ੍ਰੋਗਰਾਮ ਕਰਦੇ ਪਏ ਨੇ ਤੁਸੀਂ ਆਜੋ 2 ਕਰੋੜ ਰੁਪਈਆ ਦੇ ਦਿਓ ਤੇ ਤੁਸੀਂ ਆ ਕੇ ਚਲਾ ਲਵੋ ਇਹਦੇ ਵਿੱਚ ਆਬਜੈਕਸ਼ਨ ਫਿਰ ਕੀ ਹੈ ਇੱਕ ਗੱਲ ਹੋਰ ਦੱਸਾਂ ਤੁਹਾਨੂੰ ਹੁਣ ਫਿਰ ਤੁਸੀਂ ਜੇ ਸਵਾਲ ਹੀ ਤੁਹਾਡੀ ਨੌਲੇਜ ਹੈ ਕਿ ਪਿਛਲੇ ਪਤਾ ਨਹੀਂ 40-50 ਸਾਲ ਦਾ ਬਾਦਲ ਸਾਹਿਬ ਹਰ ਸਾਲ ਹਮ ਪਾਰਟੀ ਵਰਕਰਸ ਨੂੰ ਮੋਟੀਵੇਟ ਕਰਕੇ ਤੇ ਆਪਣੇ ਪੱਲਿਓ ਵੀ ਲੈ ਕੇ ਕਨਖ ਦਰਬਾਰ ਸਾਹਿਬ ਭੇਜਦੇ ਆ ਲੰਗਰ ਲਈ ਜਿਹੜੀ ਕਿ ਪ੍ਰਾਪਤ ਸਾਲ ਭਰ ਲਈ ਪੂਰੀ ਹੋ ਜਵੇ ਪਤਾ ਤੁਹਾਨੂੰ ਇਸ ਗੱਲ ਦਾ ਨਹੀਂ ਮੇਰੇ ਮਾਈਂਡ ਦੇ ਵਿੱਚ ਨਹੀਂਗਾ ਕਨਫਰਮ ਨਹੀਂ ਤੁਸੀਂ ਜਿਹੜਾ ਧਾਰਮਿਕ ਬੰਦਾ ਕਿਹਾ ਉਹ ਪ੍ਰਚਾਰ ਕਰਿਆ ਇਹ ਜਿਹੜਾ ਦਿਲੋਂ ਕਰਦਾ ਹੂੰ 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 ਤੁਸੀਂ ਕਿਤੇ ਦਾਨ ਦੇ ਕੇ ਆਂਦੇ ਹੋ ਕਿਸੇ ਨੂੰ ਤੁਸੀਂ ਪ੍ਰਚਾਰ ਕਰਦੇ ਹੋ ਕਿ ਮੈਂ ਦਾਨ ਦਿੱਤਾ ਕਿਸੇ ਬੱਚੇ ਗਰੀਬ ਨੂੰ ਪੜ੍ਹਾ ਦਿੱਤਾ ਯਤਨ ਕਰਦੇ ਆਂ ਵੀ ਇਹ ਚੀਜ਼ ਨਾ ਬਰ ਨਿਕਲੇ ਇਹੀ ਗੱਲ ਹੈ ਇਹ ਪਰਿਵਾਰ ਜੁੜਿਆ ਹੋਇਆ ਸੇਵਾ ਦੇ ਭਾਵ ਨਾਲ ਕਰ ਰਿਹਾ ਤੇ ਇਸ ਯਸ਼ ਮਿਲੇਆ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾ ਉਹਨਾਂ ਨੂੰ ਇੰਨਾ ਤਾਂ ਸਭ ਨੂੰ ਦੇਵੇ ਬੰਦਾ ਜਿੰਨਾ ਬਾਦਲ ਪਰਿਵਾਰ ਨੂੰ ਮਿਲੇ ਕਿਸੇ ਨੂੰ ਨਹੀਂ ਮਿਲੇਆ ਹੁਣ ਤੁਹਾਨੂੰ ਹੋਰ ਦੱਸ ਦਿੰਨਾ ਹੈ ਫਿਰ ਕਬਜਾ ਕਿਉਂ ਹੈ ਕਬਜਾ ਛੱਡਦੇ ਕਿਉਂ ਨਹੀਂ ਕਿਹਦਨ ਵੀ ਚਲੋ ਸਾਲ ਤੁਸੀਂ ਕਰਕੇ ਵੇਖ ਲਓ ਸਾਡੇ ਤੋਂ ਬੈਟਰ ਕਰ ਲੋਗੇ ਕੋਈ ਨਹੀਂ ਇੱਥੇ ਲਿਖਿਆ ਇੱਥੇ ਹੀ ਭਿਖਿਆ ਹੁਣ ਸੁਣੋ ਹੁਣ ਸੁਣੋ ਜਥੇਦਾਰ ਸਾਹਿਬ ਨੇ ਹੁਕਮ ਲਾਇਆ ਹਮ ਕਿ ਤੁਸੀਂ ਆਪਣਾ ਚੈਨਲ ਚਲਾਓ ਹਾਂ ਐਸਜੀਪੀਸੀ ਨੇ ਆਲਰੇਡੀ ਕਮੇਟੀ ਬਣਾ ਕੇ ਫਾਈਨਲਾਈਜ਼ ਕਰ ਲਿਆ ਹਮ ਪਰ ਜਿਹੜਾ ਦਾ 2022 ਦਾ ਕਿਹਾ ਹੋਇਆ ਇਹ ਗੱਲ ਹਾਂ 2022 ਦਾ ਆਖਿਆ ਕਿਉਂਕਿ ਇਹ ਕੰਟਰੈਕਟ 21 ਜੂਨ ਨੂੰ ਖਤਮ ਹੋਣਾ ਹੈ ਹਮ 21 ਜੁਲਾਈ ਨੂੰ ਹਮ ਇਹ ਕੰਟ੍ਰੈਕਟ ਜਦ ਖਤਮ ਹੋਊਗਾ ਉਹਦੇ ਬਾਅਦ ਚੱਲੂਗਾ ਨਾ ਪਰ ਉਸ ਤੋਂ ਪਹਿਲਾਂ ਸਾਰਾ ਸਿਸਟਮ ਤੇ ਖੜਾ ਕਰਨਾ ਪੈਂਦਾ ਹੈ ਨਾ ਜੇ ਹੁਣ ਮੈਂ ਚੇਂਜ ਕਰਨਾ ਹੈ ਤਾਂ ਅਗਲੇ ਪਾਸੇ ਘਰ ਤੇ ਬਣਾਉਣਾ ਪਈਗਾ ਨਾ ਮੈਨੂੰ ਤੁਹਾਨੂੰ ਧਾਮੀ ਸਾਹਿਬ ਨੇ ਦੱਸਿਆ ਨਹੀਂ ਕਿ ਅਸੀਂ ਆਲਰੇਡੀ ਫਾਈਨਲ ਕਰ ਚੁੱਕੇ ਹਾਂ ਪਹੁੰਚ ਗਏ ਪਿਛਲੇ ਦਿਨਾਂ ਦੇ ਵਿੱਚ ਧਾਮੀ ਸਾਹਿਬ ਦਾ ਤਾਂ ਖੁਦ ਦਾ ਬਿਆਨ ਆਇਆ ਸੀ ਵੀ ਇਹ ਖਰਚਾ ਬਹੁਤ ਜ਼ਿਆਦਾ ਹੁੰਦਾ ਹੈ ਇਸ ਕਰਕੇ ਅਸੀਂ ਅਫੋਰਡ ਨਹੀਂ ਕਰ ਸਕਦੇ ਹੁਣ ਹੁਣ ਜਦ ਟੈਂਡਰ ਲਾਣਗੇ ਫਿਰ ਪਤਾ ਚੱਲੂਗਾ ਖਰਚੇ ਦਾ ਫਿਰ ਜਨਤਾ ਨੂੰ ਪਤਾ ਆਊਗਾ ਕਿ ਕੀ ਫ੍ਰੀ ਹੋ ਰਿਹਾ ਸੀ ਕਿ ਕਦੇ ਨਾ ਹੋ ਰਿਹਾ ਸੀ ਹੁਣ ਜਦ ਆਪਣਾ ਚੈਨਲ ਚਲਾਉਂਦੇ ਟੈਂਡਰ ਲੱਗਣਗੇ ਜਨਹਿਤ ਕੀਤਾ ਜਾਊਗਾ ਕਿ ਕੋਈ ਵੀ ਦੇਵੇ ਆ ਜਾਓ ਚਲਾਵੋ ਫਿਰ ਫਿਰ ਪਤਾ ਲੱਗ ਜਾਊਗਾ ਸਮਝ ਤੁਹਾਨੂੰ ਕਿ ਲੱਗਦਾ ਭਈ ਨਿਸ਼ਾਨਾ ਪੀਟੀਸੀ ਹੈ ਜਾਂ ਨਿਸ਼ਾਨਾ ਗੁਰਦੁਆਰਾ ਐਕਟ ਹੈ ਜਾਂ ਕਾਰਨ ਕੀ ਇਹ ਇੱਥੇ ਹੋ ਕੀ ਰਿਹਾ ਆ ਇਹ ਹੈ ਤੁਹਾਨੂੰ ਮੈਂ ਬੜੀ ਸਪਸ਼ਟਤਾ ਨਾਲ ਗੱਲਾਂ ਦੱਸਾਂ ਮੈਂ ਕਹਿੰਦਾ ਬੜੀ ਕਲੈਰਿਟੀ ਦੇ ਵਿੱਚ ਦੱਸਿਆ ਜੇ ਸਾਡੇ ਜਿਹੜੇ ਦਰਸ਼ਕ ਸਰੋਤੇ ਜੁੜੇ ਹੋਏ ਨੇ ਨਾ ਸਾਡੇ ਨਾਲ ਉਹ ਸਿੱਧ ਪਧਰੇ ਦੇ ਹੈ ਸੁਣੋ ਹਾਂ ਵੱਲ ਪਾ ਕੇ ਨਹੀਂ ਗੱਲ ਜਦ ਹਮਲਾਵਰ ਆਂਦੇ ਸੀ ਹੂੰ ਖੈਬਰ ਪਾਰ ਤੋਂ ਜਿਹੜਾ ਪੂਰਾ ਇਲਾਕਾ ਪੰਜਾਬ ਦਾ ਉੱਤਰਾ ਚ ਵੜ ਜਾਂਦਾ ਸੀ ਜਾਂ ਉਹਨਾਂ ਨੂੰ ਰਸਦ ਦਿੰਦਾ ਸੀ ਮਹਾਰਾਜਾ ਪਟਿਆਲੇ ਵਰਗੇ ਵੀ ਉਹਨਾਂ ਨੂੰ ਘੋੜੇ ਦਿੰਦੇ ਸੀ ਬੰਦੇ ਦਿੰਦੇ ਸੀ ਫੇਰ ਉਹ ਜਾ ਕੇ ਹਿੰਦੁਸਤਾਨ ਨੂੰ ਲੁੱਟਦੇ ਸੀ ਹੂੰ ਇਕੱਲੇ ਸਿੱਖ ਖੜੇ ਹੋਏ ਹੂੰ ਕਿਉਂ ਖੜੇ ਹੋਏ ਕਿ ਮਰਾਠਿਆਂ ਨੇ ਦਰਬਾਰ ਸਾਹਿਬ ਆ ਕੇ ਹੱਥ ਜੋੜੇ ਕਿ ਸਾਡੀਆਂ ਜਨਨੀਆਂ ਧੀਆਂ ਲੈ ਕੇ ਨਿਕਲਿਆ ਅਹਿਮਦ ਸ਼ਾਹ ਦਾਲੀ ਹੂੰ ਤੇ ਸਾਨੂੰ ਬਚਾਓ ਜੀ ਉਸ ਟਾਈਮ ਚੜਤ ਸਿੰਘ ਨੇ ਨਾਲੇ ਫਿਰ ਆਲੂ ਵਾਲਿਆ ਨੇ ਇਕੱਠੇ ਹੋ ਕੇ ਹਮਲਾ ਕੀਤਾ ਹਮਲਾ ਕਰਕੇ छुਡਾਈਆਂ ਜਨਨੀਆਂ ਜਿਹੜੀਆਂ ਨਲਾਮ ਹੋਣੀਆਂ ਸੀ ਫਿਰ ਸਿੱਖਾਂ ਦੇ ਖਿਲਾਫ ਕੱਲੂ ਕਰ ਰਹੇ ਹੋਏ ਫਿਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਥਾਪਿਤ ਹੋਇਆ ਇਸੇ ਚੋਂ ਇਸੇ ਇਸੇ ਘੋਲ ਚੋਂ ਪੈਦਾ ਹੋਇਆ ਕਿਉਂਕਿ ਚੜਤ ਸਿੰਘ ਦਾ ਪੋਤਾ ਮਹਾਰਾਜਾ ਰਣਜੀਤ ਸਿੰਘ ਜੀ ਤੇ ਜਿਹਨੂੰ ਭਜਾਇਆ ਇੱਥੋਂ ਉਪੋਤਾ ਉਸੇ ਹਮਲਾਵਰਦਾ ਸੀ ਜਿਹਨੇ ਘੱਲੂ ਘਾਰੇ ਕੀਤੇ ਸੀ ਓਕੇ ਫਿਰ ਸਿੱਖ ਰਾਜ ਸਥਾਪਿਤ ਹੋ ਗਿਆ ਹਮ ਮਹਾਰਾਜਾ ਰਣਜੀਤ ਸਿੰਘ ਰਹੇ ਨਾ ਹਮ ਅੰਦਰੋਂ ਬਗਾਵਤ ਕੀਤੀ ਡੋਗਰਿਆਂ ਨੇ ਹਮ ਤੇ ਬੁਰੀ ਤਰ੍ਹਾਂ ਸਿੱਖ ਜਿੱਤ ਕੇ ਵੀ ਹਾਰ ਗਏ ਜੀ ਅੰਗਰੇਜ਼ ਭਜਾਤੇ ਅੰਗਰੇਜ਼ ਅੰਬਾਲੇ ਤੋਂ ਵਾਪਸ ਮੁੜੇ ਡੋਗਰਿਆਂ ਨੇ ਕਹਿ ਕੇ ਆ ਜਾਓ ਤੁਸੀਂ ਕਿਉਂ ਭੱਜ ਗਏ ਸਿੱਖ ਫਜਾਦਾ ਘਰਾਂ ਨੂੰ ਚਲੇ ਗਏ ਕਿਉਂਕਿ ਇੱਥੇ ਕੰਟਰੋਲ ਕਰਨ ਵਾਲਾ ਕੋਈ ਨਹੀਂ ਹਮ ਸਾਇਤਾ ਉਹਨੇ ਅਮਤ ਉਹਨੇ ਲਿਖਿਆ ਸ਼ਾਹ ਮੁਹੰਮਦ ਨੇ ਇੱਕ ਸਰਕਾਰ ਵੱਜੋਂ ਫੌਜਾਂ ਜਿੱਤ ਕੇ ਅੰਦ ਨੂੰ ਹਾਰੀਆਂ ਨੇ ਜੀ ਨਾਓ ਫਿਰ ਇਮੀਡੀਏਟਲੀ ਧੇਰ ਆਫਟਰ 5 ਸਾਲ ਬਾਅਦ ਗਦਰ ਹੋ ਗਿਆ 1857 ਦਾ ਹੂੰ ਸਿੱਖਾਂ ਨੇ ਡਟ ਕੇ ਅੰਗਰੇਜ਼ਾਂ ਦੀ ਮਦਦ ਕੀਤੀ ਹੂੰ ਇਸ ਗੁੱਸੇ ਚ ਕੀਤੀ ਕਿ ਸਾਡੇ ਸਾਥ ਦੇ ਦਿੰਦੇ ਜੇ ਉਸ ਟਾਈਮ ਹਿੰਦੁਸਤਾਨੀ ਫੌਜਾਂ ਜਿਹੜੀਆਂ ਅੰਗਰੇਜ਼ਾਂ ਨਾਲ ਸੀ ਜਿਨ੍ਹਾਂ ਨੇ ਆਕੇ ਸਾਡੇ ਨਾਲ ਲੜਾਈ ਲੜੀ ਹੈ ਤਾਂ ਅਸੀਂ ਸ਼ਾਇਦ ਦੇਸ਼ ਆਜ਼ਾਦ ਕਰਾ ਲੰਦੇ ਹੂੰ 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 ਉਹਦੇ ਬਾਅਦ ਅੰਗਰੇਜ਼ਾਂ ਨੇ ਸਭ ਤੋਂ ਵੱਧ ਭਰਤੀ ਸਿੰਘਾਂ ਦੀ ਤੇ ਮੁਸਲਮਾਨਾਂ ਦੀ ਕੀਤੀ ਆਪਣੀ ਆਰਮੀ 'ਚ ਜੀ ਐਂਡ ਇਹਨਾਂ ਨੂੰ ਰਿਵਾਰਡ ਦਿੱਤਾ ਸਿੰਘਾਂ ਨੂੰ ਰਿਆਸਤਾਂ ਦਿੱਤੀਆਂ ਮਹਾਰਾਜਾ ਕਪੂਰਥਲਾ ਨੂੰ ਮਿਲੀ ਮਹਾਰਾਜਾ ਪਟਿਆਲਾ ਨੂੰ ਮਿਲੀ ਹਾਂ ਫਿਰ ਜਿਹੜੇ ਜਰਨੈਲ ਸੀ ਮਹਾਰਾਜਾ ਰਣਜੀਤ ਸਿੰਘ ਦੇ ਉਹਨਾਂ ਨੂੰ ਮਿਲੀਆਂ ਰਾਜਾ ਸਾਹਿਬ ਜੀਂਦ ਨੂੰ ਮਿਲੀ ਠੀਕ ਹੈ ਇਹ ਫਿਰ ਉਹਦੇ ਬਾਅਦ ਜਦ ਦੇਸ਼ ਜਾਦ ਹੁੰਦਾ ਤੇ ਅੰਗਰੇਜ਼ ਵੀ ਡਰਦੇ ਸੀ ਕਿ ਸਿੱਖ ਜ਼ਰੂਰਤ ਤੋਂ ਜ਼ਿਆਦਾ ਤਕੜੇ ਨਾ ਹੋ ਜਾਣੇ ਬਾਗੀ ਆ ਕਿਉਂਕਿ ਜਦ ਅੰਗਰੇਜ਼ ਲੜਦੇ ਸੀ ਅੰਗਰੇਜ਼ ਕਹਿੰਦੇ ਸੀ ਇਹਨਾਂ ਨਾਲ ਲੜੋ ਨਾ ਮਹਾਰਾਜ ਰਜੀਤ ਸਿੰਘ ਦੇ ਟਾਈਮ ਕਹਿੰਦੇ ਲੜੋ ਨਾ ਕਿਉਂਕਿ ਅਸੀਂ ਟੋਪਾਂ ਨਾਲ ਜਾਣੇ ਆ ਇਹ ਪਤਾ ਨਹੀਂ ਕਿਧਰੋਂ ਕਿਰਪਾਨਾਂ ਲਾ ਕੇ ਸਾਡੇ ਟੋਪ ਚਲਾਉਣ ਵਾਲੇ ਦੀ ਗਰਦਨ ਲਾ ਜਾਂਦਾ ਇਹ ਇੰਨੇ ਮਤਲਬ ਕਿ ਇਹਨਾਂ ਤੋਂ ਖੌਫ ਸੀ ਅੰਗਰੇਜ਼ਾਂ ਨੂੰ ਉਹ ਖੌਫ ਅੱਜ ਤੱਕ ਚੱਲਦਾ ਹੈ ਜੀ 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 ਕਾਂਗਰਸ ਦੀਆਂ ਏਜੰਸੀਆਂ ਵੀ ਇਹਨਾਂ ਨੂੰ ਮਾਰਨ ਨੂੰ ਫਿਰਦੀਆਂ ਸਿੱਖਾਂ ਨੂੰ ਕਮਜ਼ੋਰ ਕਰਨ ਲਈ ਅੱਜ ਭਾਜਪਾ ਨੇ ਵੀ ਇਹੀ ਫੜ ਲਈ ਗੱਲ ਤੇ ਅੱਜ ਅੱਜ ਇਹਨੇ ਵੀ ਇਹੀ ਫੜੀ ਆ ਭਗਵੰਤ ਮਾਨ ਨੇ ਐਡ ਭੁੱਲ ਜਵੇ ਭਗਵੰਤ ਮਾਨ ਦਿਮਾਗ ਚੋਂ ਕੱਢ ਦਵੇ ਇਹ ਕੌਮ ਨੂੰ ਜ਼ਬਰਨ ਕੋਈ ਨਾ ਪੜੀ ਸਕਦਾ ਇਹ ਜਿਹੜੀ ਗੁੜਤੀ ਦਸ਼ਮੇਸ਼ ਪਿਤਾ ਦੀ ਮਿਲੀ ਹੈ ਨਾ ਇਹ ਜੇ ਕੋਈ ਕਹੂਗਾ ਨਾ ਟਿਚਰਾ ਕਿਤਿਆਂ ਅੱਜ ਕਈਆਂ ਨੇ ਹੂੰ ਇਹ ਕੀ ਲੜਣਗੇ ਇਹ 84 ਚ ਨਹੀਂ ਲੜ ਸਕੇ ਹੂੰ 84 ਦੇ ਫਲ ਵੀ ਦੇਖ ਲੈ ਲੋਕਾਂ ਨੇ ਹਾਂ ਫਲ ਵੀ ਦੇਖ ਲੈ ਇਹ ਕਹਿਣਾ ਕਿ 84 ਦੇ ਵਿੱਚ ਸਿੱਖ ਲੰਮੇ ਪੈਗੇ ਸੀ ਥੱਲੇ ਹੋਗੇ ਸੀ ਇਹ ਗੱਲ ਗਲਤ ਹੈ ਹਾਲਾਤ ਹੁੰਦੇ ਆ ਹਾਲਾਤਾਂ ਦੇ ਵਿੱਚ ਕੌਮਾਂ ਨੂੰ ਲਿਫਣਾ ਵੀ ਪੈਂਦਾ ਤੁਹਾਡੇ ਜਿਵੇਂ ਤੁਸੀਂ ਦੱਸਿਆ ਵੀ ਇਹ ਉਦੋਂ ਦਾ ਜਿਹੜਾ ਬਲੱਡ ਦੇ ਵਿੱਚ ਇਹ ਚੀਜ਼ ਆਈ ਹੋਈ ਹੈ ਬਾਗੀਪੁਣਾ ਹੈਨਾ ਹਾਂਜੀ ਔਰ ਤੁਸੀਂ ਜਿਹੜੀ ਗੱਲ ਹੁਣ ਕਰਦੇ ਪਏ ਹੋ ਵੀ ਸਰਕਾਰਾਂ ਜਿਹੜੀਆਂ ਨੇ ਇਹ ਸਾਰੀਆਂ ਇੱਕੇ ਰਾਹ ਦੇ ਉੱਪਰ ਤੁਰੀਆਂ ਹੋਈਆਂ ਨੇ ਪਰ ਜਿਹੜਾ ਕੋ ਨਿਸ਼ਾਨਾ ਜਿਹੜਾ ਆ ਪੀਟੀਸੀ ਚੈਨਲ ਆ ਜਾਂ ਇਹਦੇ ਬਦਲੇ ਦੇ ਵਿੱਚ ਕੋਈ ਸਰਕਾਰ ਕੋਈ ਆਪਣੇ ਚੈਨਲ ਸੇ ਲਿਆਉਣਾ ਚਾਹੁੰਦੀ ਹੈ ਜਾਂ ਕੋਈ ਇਹਨਾਂ ਦਾ ਨਿੱਜੀ ਇੰਟਰਸਟ ਹੈ ਵੀ ਪੀਟੀਸੀ ਡੈੱਡ ਹੋਵੇਗਾ ਤੇ ਤਾਹੀ ਅਸੀਂ ਇੱਥੇ ਸਰਵਾਈਵ ਕਰ ਪਾਵਾਂਗੇ ਕੋਈ ਮਗਰ ਕੋਈ ਇਸ ਤਰੀਕੇ ਦੀ ਘਟਨਾ ਤਾਂ ਨਹੀਂ ਕੰਮ ਕਰਦੀ ਪਈ ਦੋ ਗੱਲਾਂ ਹਾਂ ਇੱਕ ਹੈਗਾ ਬਲਤੇਜ ਪੰਨੋ ਜੀ ਕੈਨੇਡਾ ਦਾ ਵਸਨੀਕ ਹੈ ਇਹ ਭਗਵੰਤ ਮਾਨ ਜੀ ਨੇ ਆਪਣਾ ਐਡਵਾਈਜ਼ਰ ਰੱਖਿਆ ਹੋਇਆ ਹੈ ਤੇ ਜਿਸ ਸ਼ਬਦਾਂ ਨਾਲ ਇਹ ਕਹਿੰਦੇ ਸੀ ਕਿ ਰੂਸਾ ਜਸੂਸ ਬੈਠੀ ਹੈ ਉਸੇ ਸ਼ਬਦ ਨਾਲ ਤੇ ਟੁੱਕਦੇ ਆ ਕੈਨੇਡਾ ਦਾ ਜਸੂਸ ਇੱਥੇ ਬੈਠਾ ਹੈ ਹਾਂ ਤੇ ਇਹ ਬੰਦਾ ਆਈਪੀ ਟੀਵੀ ਚਲਾਉਂਦਾ ਹੈ ਇਹ ਸਾਰੀ ਇਲੀਗਲ ਨੈਟਵਰਕਿੰਗ ਹੈ ਪੂਰੇ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਕਿਉਂਕਿ ਇਹਦਾ ਕੋਈ ਕਾਨੂੰਨ ਨਹੀਂ ਹੈ ਇਲੀਗਲ ਇਸ ਭਾਵਨਾ ਨਾਲ ਕਹ ਰਿਹਾ ਮੈਂ ਹੂੰ ਕਿਉਂਕਿ ਇਹਦਾ ਰੈਗੂਲੇਟਰ ਨਹੀਂ ਬਣਿਆ ਉੱਥੇ ਕੋਈ ਜੀ ਇਹ ਚੈਨਲ ਤੇ ਪੈਕੇਜ ਵੇਚਦੇ ਆ ਹੂੰ ਇਹ 5 ਡਾਲਰ ਦਾ ਪੈਕੇਜ ਵੇਚਦੇ ਆ ਰਫਲੀ 305 ਸਾਲ ਦਾ 300 ਕੁਛ ਡਾਲਰਸ ਆ ਹੁੰਦਾ ਅਮਰੀਕਨ ਡਾਲਰਸ ਦਾ ਠੀਕ ਹੈ ਉਹਦੇ ਵਿੱਚ 1400 ਚੈਨਲ ਦਿੰਦੇ ਆ ਜਿਹਦੇ ਵਿੱਚ 70 ਚੈਨਲ ਪੰਜਾਬੀ ਆ ਜਿਹੜਾ ਚ ਪੀਟੀਸੀ ਵਿੱਚ ਆ ਹੂੰ ਹੂੰ ਉਹਦੀ ਕੋਈ ਲੱਗ ਪੇਮੈਂਟ ਨਹੀਂ ਹੁੰਦੀ ਜਿਵੇਂ ਆਪਾਂ ਪੈਕੇਜ ਖਰੀਦਦੇ ਆ ਤੇ ਜਿਹੜਾ ਗੁਰਬਾਨੀ ਚੈਨਲ ਹੈ ਜਿਹੜਾ ਪੀਟੀਸੀ ਚਲਾਉਂਦਾ ਹੂੰ ਹੂੰ ਉਹ YouTube ਤੇ ਵੀ ਹੈ Facebook ਤੇ ਵੀ ਹੈ ਤੇ 6 ਉਹਦੇ 6 ਚੈਨਲ ਹਿੰਦੁਸਤਾਨ ਨੇ ਫ੍ਰੀ ਕੀਤੇ ਹੋਏ ਆ 6 ਉਹ ਪੀਟੀਸੀ ਦੇ ਇਹ ਕੋਈ ਵੀ ਪੈਕੇਜ ਲਵੇ ਉਸ ਪੈਕੇਜ ਚ ਫ੍ਰੀ ਹੁੰਦੇ ਆ ਸਮਝ ਗਏ ਹੁਣ ਤੁਸੀਂ ਜੀ ਸਮਝ ਗਿਆ ਤੁਸੀਂ ਜੇ ਹੁਣ ਐਪ ਖੋਲੋ ਹਾਂ ਇਹਨਾਂ ਦੇ ਪਲੇ ਸਟੋਰ ਚ ਜਾਓ ਐਪ ਖੋਲੋ ਹਾਂ ਪੀਟੀਸੀ ਖੁੱਲ ਜਾਊਗਾ ਹਾਂ ਹਾਂ ਤੁਸੀਂ ਗੁਰਬਾਣੀ ਖੋਲੋ ਉਹ ਬਿਨਾ ਕੁਝ ਮੰਗੇ ਚੱਲਣੀ ਸ਼ੁਰੂ ਹੋ ਜਾਊਗੀ ਚਾਹੇ ਲਾਈਵ ਦੇਖੋ ਚਾਹੇ ਪਿਛਲੀ ਦੇਖੋ ਪਾਰਟਿਕੂਲਰ ਡੇ ਦੀ ਦੇਖੋ ਜੀ ਜੇ ਤੁਸੀਂ ਦੂਜਾ ਚੈਨਲ ਮੰਗੋਗੇ ਹੂੰ ਉਹ ਚੈਨਲ ਜੇ ਮੰਗੋਗੇ ਉਹ ਪੈਸੇ ਮੰਗੂਗਾ ਜੀ ਉਹ ਕਹੂਗਾ ਪਹਿਲਾਂ ਸਬਸਕ੍ਰਾਈਬ ਕਰੋ ਫੇਰ ਦੇਵਾਂਗੇ ਇਹ ਮੈਂ ਕਲੀਅਰ ਕਰਨਾ ਚਾਹੁੰਦਾ ਤੇ ਜੱਦ ਦੇ ਬੈਠ ਕੇ ਕਹਿੰਦੇ ਆ ਦੇਖੋ ਜੀ ਪੀਟੀਸੀ ਪੈਸੇ ਮੰਗਦੇ ਉਹ ਦੂਜੇ ਚੈਨਲ ਹੈ ਤੁਸੀਂ ਪੀਟੀਸੀ ਤੁਸੀਂ ਟਰਾਈ ਕਰੋ ਹੂੰ ਮੈਂ ਸਮਝਦਾ ਤੁਸੀਂ ਏਅਰ ਕਰਨ ਤੋਂ ਪਹਿਲਾਂ ਨਹੀਂ ਨਹੀਂ ਇੱਥੇ ਤੁਹਾਡੇ ਕਹਿਣ ਤੋਂ ਕੀ ਭਾਵ ਹੈ ਕਿ ਇੱਥੇ ਇਹਨਾਂ ਚੈਨਲਾਂ ਨੂੰ ਖਤਮ ਕਰਕੇ ਕੋਈ ਇਸ ਤਰੀਕੇ ਦੇ ਚੈਨਲਸ ਆ ਰਹੇ ਨੇ ਜਾਂ ਸਰਕਾਰ ਦੇ ਆ ਰਹੀ ਹੈ ਜਾਂ ਮਗਰ ਕੋਈ ਇਸ ਤਰੀਕੇ ਦੀ ਮਨਸਾ ਕੰਮ ਕਰਦੀ ਪਈ ਹੈ ਮੇਰੀ ਜਾਣਕਾਰੀ ਦੇ ਵਿੱਚ ਬਲਤੇਜ ਪੰਨੂ ਜੀ ਇੱਕ ਬਹੁਤ ਅਮੀਰ ਮੈਂਬਰ ਪਾਰਲੀਮੈਂਟ ਜਿਹਦੇ ਹੱਥਾਂ 'ਚ ਪੰਜਾਬ ਦੀ ਲਗਾਮ ਧੋਰ ਪਹਿਲਾਂ ਸੰਭਾਲੀ ਸੀ ਹੁਣ ਪਿੱਛੇ ਕਰ ਲਿਆ ਉਹਨਾਂ ਰਲ ਕੇ ਚੈਨਲ ਆ ਰਹਿਆਂ 'ਚ ਮੇਰੀ ਜਾਨ ਤਾਂ ਫਿਰ ਜਿਹੜੇ ਜਿਵੇਂ ਵੱਡਾ ਹੁਣ ਕੋਈ ਸ਼ੋਰੂਮ ਖੁੱਲ ਜਾਂਦਾ ਆ ਤੇ ਛੋਟੇ ਛੋਟੇ ਵਪਾਰੀ ਮਾਰੇ ਜਾਂਦੇ ਨੇ ਤੇ ਫਿਰ ਜਿਹੜੇ ਇਹ ਛੋਟੇ ਛੋਟੇ ਅਦਾਰੇ ਤੇ ਪੰਜਾਬ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਸੀਂ ਇੱਕ ਗੱਲ ਦੱਸੋ ਕੇਵਲ ਤੇ ਕਬਜ਼ਾ ਕੀਤਾ ਕਿ ਨਹੀਂ ਕੀਤਾ ਭਗਵੰਤ ਮਾਨ ਜੀ ਨੇ ਸ਼ੀਤਲ ਵਿਜਨ ਨਾਲ ਰਲ ਕੇ ਹਾਂ ਪਰ ਰਜਿਸਟਰ ਕਰਾ ਖਰਾ ਕੀਤਾ ਕਿ ਨਹੀਂ ਕੀਤਾ ਇੱਕੜ ਦੂਤ ਤੇ ਤੋਪ ਤੇ ਬਦਲ ਤੇ ਚੱਲਦਾ ਹੁੰਦਾ ਸੀ ਉਹ ਫਾਸਟਵੇ ਕਿਦੀ ਹੈ ਉਹ ਅਕਸਰ ਇਹ ਗਲਤ ਕਰਦੇ ਹੁੰਦੇ ਫਾਸਟਵੇ ਚੱਲਦਾ ਸੀ ਜੁਝਾਰ ਦਾ ਸੁਖਵੀਰ ਜੀ ਦਾ ਉਹਦੇ ਚ ਕੱਖ ਨਹੀਂ ਹੈ ਪਰ ਠੀਕ ਹੈ ਉਹ ਸਾਡੇ ਪਾਰਟੀ ਦੇ ਨੇੜੇ ਹੈ ਇਲਜ਼ਾਮ ਲਾਉਣ ਨੂੰ ਤੁਸੀਂ ਉਂਗਲੀ ਚੱਕੋ ਹਾਂ ਪਰ ਸਵਾਲ ਇਹ ਹੈ ਕਿ ਉਹ ਹਰਿਆਣੇ ਚ ਕਿਉਂ ਚੱਲਦਾ ਉਹ ਹਿਮਾਚਲ ਚ ਕਿਉਂ ਚੱਲਦਾ ਉਹ ਮਹਾਰਾਸ਼ਟਰ ਚ ਕਿਉਂ ਪਹੁੰਚ ਗਿਆ ਉਹ ਬਿਜ਼ਨਸ ਆਗਲੇ ਦੀ ਜੇ ਬਿਜ਼ਨਸ ਕੋਈ ਪੋਲਿਟਿਕਲ ਬੰਦੇ ਦੇ ਨੇੜਾ ਵਾਲਾ ਚਲਾਵੇ ਉਹਦਾ ਤੇ ਇਲਜ਼ਾਮ ਲਾ ਦਿਓ ਕਿ ਧੱਕੇ ਨਾਲ ਕਬਜ਼ਾ ਕੀਤਾ ਹੈ ਪਰ ਸਵਾਲ ਪੈਦਾ ਹੋਗੇ ਜੋ ਬਿਜ਼ਨਸ ਹੈ ਜੇ ਫਿਰ ਅਦਰ ਕੋਈ ਬਿਜ਼ਨਸ ਕਰਦਾ ਤਾਂ ਫਿਰ ਆਬਜੈਕਸ਼ਨ ਕਿਸ ਗੱਲ ਦਾ ਆ ਰਿਹਾ ਹੈ ਆਬਜੈਕਸ਼ਨ ਨਹੀਂ ਹੈ ਜਦ ਅਦਰ ਦੇ ਤੁਸੀਂ ਸਿਸਟਮ ਤੋੜ ਕੇ ਪੁਲਿਸ ਦੀ ਬਦਮਾਸ਼ੀ ਕਰਕੇ ਕੇਸ ਰਿਸਟਰ ਕਰਕੇ ਕਰ ਦਿਓ ਉਹਦੇ ਤੇ ਤਰਾਜ ਕਰ ਰਿਆ ਮੈਂ ਮੈਂ ਇਹ ਉਹ ਤਰਾਜ ਨਹੀਂ ਕਰ ਸਕਦਾ ਕੋਈ ਕਰੇ 50 ਕਰਨ 100 ਕਰਨ ਕੰਪੀਟੀਟਰ ਆਨ ਕੋਈ ਦਿੱਕਤ ਨਹੀਂ ਹੁਣ ਅਗਲੀ ਚੀਜ਼ ਤੁਹਾਨੂੰ ਮੈਂ ਦੱਸ ਦੇਣੀ ਚਾਹੁੰਦਾ ਪੰਜਾਬ 'ਚ ਡਰੇ ਕਿਉਂ ਆ ਹੋਰ ਕਿਤੇ ਡਰੇ ਕਿਉਂ ਨਹੀਂ ਜੀ ਤੇ ਹਰ ਡਰੇ ਦੇ ਵਿੱਚ ਜਿਹੜਾ ਕੰਟੈਂਟ ਹੈ ਪ੍ਰੀਚਿੰਗ ਦਾ ਉਹ 70% ਕੁਰਬਾਨੀ ਕਿਉਂ ਆ ਹਾਂ ਕਿਉਂ ਡੇਰਿਆਂ ਦੇ ਮੁਖੀ ਫੌਜ ਚੋਂ ਹੀ ਕਿਉਂ ਆਏ ਆ ਹਾਂ ਬਹੁਤ ਵੱਡਾ ਸਵਾਲ ਹੈ ਇਹ ਅੰਗਰੇਜ਼ਾਂ ਨੇ ਡੇਰੇ ਪੈਰਲ ਪੈਦਾ ਕੀਤੇ ਸੀ ਵੀਕ ਕਰਨ ਲਈ ਤੁਸੀਂ ਕੀ ਸਮਝਦੇ ਹੋ ਗੁਰੂ ਸਾਹਿਬਾਨ ਦੀ ਸ਼ਹਾਦਤ ਕਿਉਂ ਹੋਈ ਹੈ ਕਿਉਂ ਹਮਲਾ ਬੋਲਿਆ ਸੀ ਡਰ ਲੱਗਦਾ ਸੀ ਕਿ ਪੌਪੂਲਰ ਹੋ ਗਏ ਜਨਤਾ ਇਹਨਾਂ ਦੇ ਮਗਰ ਹੈ ਹੂੰ ਜੇ ਨੂੰ ਸਮ ਤੁਸੀਂ ਇਤਿਹਾਸ ਪੜ ਕੇ ਦੇਖੋ ਫਿਰ ਪਤਾ ਲੱਗੂਗਾ ਕਿਉਂ ਅੰਗਰੇਜ਼ਾਂ ਨੇ ਤਾਂ ਇਹ ਵੀ ਕੋਸ਼ਿਸ਼ ਕੀਤੀ ਸਮੇਸ਼ ਪਤਾ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਿਉਂ ਡਿਕਲੇਅਰ ਕੀਤਾ ਸੀ ਇਹਦਾ ਇਤਿਹਾਸ ਪੜੋ ਜੀ ਕਿਉਂਕਿ ਅੰਗਰੇਜ਼ਾਂ ਦੀ ਕੋਸ਼ਿਸ਼ ਸ਼ੁਰੂ ਹੋ ਗਈ ਸੀ ਗੁਰੂ ਥਾਪੜਨ ਦੀ 6ਵੇਂ ਗੁਰੂ ਬਾਦ ਸ਼ੁਰੂ ਹੋ ਗਈ ਸੀ ਸਾਹਮਣੇ ਆਈ ਸੀ ਜੀ ਹਾਂਜੀ ਜੀ ਬਿਲਕੁਲ ਆਈ ਨਾ ਸਾਹਮਣੇ ਹੁਣ ਵੀ ਇਹੀ ਹੈ ਕਿਉਂਕਿ ਐਸਜੀਪੀਸੀ ਜੱਦੀ ਬਣੀ ਆ ਅਕਾਲੀ ਦਲ ਹੀ ਡੋਮਿਨੈਂਟ ਰਿਹਾ ਹੈ ਹਾਂ ਹੁਣ ਐਸਜੀਪੀਸੀ 19 ਦਿਨ ਮਾਰੀ ਨਹੀਂ ਜਾ ਸਕਦੀ ਜਿੰਨੀ ਦੇਰ ਅਕਾਲੀ ਦਲ ਨੂੰ ਨਹੀਂ ਮਾਰੋਗੇ ਹਾਂ ਅਕਾਲੀ ਦਲ ਨੂੰ ਮਾਰਨ ਦੀ ਪ੍ਰਿਆਸ ਕਾਂਗਰਸ ਨੇ ਵੀ ਕੀਤਾ ਤੇ ਹੁਣ ਬੀਜੇਪੀ ਨੇ ਵੀ ਕੀਤਾ ਹੈ ਜੀ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਵੱੜ ਕੇ ਧੱਕੇ ਨਾਲ ਇਲੈਕਸ਼ਨਾਂ ਢਾਹਣ ਦੀ ਕੋਸ਼ਿਸ਼ ਕੀਤੀ ਕੀਤੀ ਨਹੀਂ ਬੀਬੀ ਜ਼ਗੀਰ ਕੌਰ ਨੂੰ ਕਿਹਨੇ ਬੈਕਿੰਗ ਕੀਤੀ ਭਾਜਪਾ ਨੇ ਕੀਤੀ ਨਹੀਂ ਲਾਲਪੁਰਾ ਜੀ ਨੇ ਕੀਤੀ ਨਹੀਂ ਹੂੰ ਕੈਪਟਨ ਅਮਰਿੰਦਰ ਨੇ ਨਹੀਂ ਸੀ ਕੀਤੀ ਇੱਕ ਇੱਕ ਐਸਟੀਪੀਸੀ ਵਾਲਿਆਂ ਨੂੰ ਫੜ ਕੇ ਅੰਦਰ ਕਰਕੇ ਜਦ ਇੱਕ ਜਹਾਜ਼ ਚ ਲੈ ਕੇ ਆਇਆ ਬਾਦਲ ਸਾਹਿਬ ਬੰਦੇ ਇਕੱਠੇ ਹੂੰ ਇਹ ਇਤਿਹਾਸ ਹੈ ਨਾ ਜਿਹੜਾ ਇਹ ਰਿਪੀਟ ਕਰਦਾ ਹੈ ਹਿਸਟਰੀ ਰਿਪੀਟ ਕਰ ਦਿਆ ਹਮੇਸ਼ਾ ਜੀ ਐਂਡ ਇਹ ਮੈਂ ਤੁਹਾਨੂੰ ਬੜੀ ਗਰੰਟੀ ਨਾਲ ਕਹਿ ਸਕਦਾ ਸਿੱਖਾਂ ਨੂੰ ਸੋਚਣਾ ਪੈਣਾ ਹੈ ਕਿ ਤੁਹਾਡਾ ਭਵਿੱਖ ਹੈ ਜਿਹੜਾ ਉਹ ਇੱਕੇ ਜੈ ਆਪਸ ਚ ਲੜਕੇ ਨਹੀਂ ਹੈ ਜੀ ਬਿਲਕੁਲ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਪਰ ਮੈਂ ਕਿਸੇ ਦਿਨ ਤੁਹਾਡੇ ਨਾਲ ਸਪੈਸ਼ਲ ਬੈਠ ਕੇ ਗੁਰਦੋਰਾ ਐਕਟ ਜਿਹੜਾ ਆ ਇਹਦੇ ਬਾਰੇ ਜ਼ਰੂਰ ਜਾਨਣਾ ਚਾਹਾਂਗਾ ਵੀ ਕੀ ਹੈ ਗੁਰਦੁਆਰਾ ਐਕਟ ਕਦੋਂ ਬਣਿਆ ਇਹਦੇ ਕੀ ਬੈਨੀਫਿਟਸ ਕੋਈ ਤੇ ਇਹਨੂੰ ਸਰਕਾਰਾਂ ਸਮੇਂ-ਸਮੇਂ ਦੇ ਉੱਪਰ ਤੋੜਨ ਵਾਲੇ ਪਾਸੇ ਕਿਉਂ ਤੁਰੀਆਂ ਨੇ ਇਹ ਸਾਰੀਆਂ ਜਾਣਕਾਰੀਆਂ ਕਿੰਨੇ ਜਰੂਰ ਭਾਈ ਸਾਹਿਬ ਜਰੂਰ ਲਵਾਵਾਂਗਾ ਪਰ ਅੱਜ ਚੈਨਲ ਬਾਰੇ ਜਾਣਨਾ ਬੜਾ ਜ਼ਰੂਰੀ ਸੀ ਵੀ ਇਸ ਤਕਬੀਰ ਬਾਦਲ ਨੂੰ ਕੀ ਕਾਰਨ ਹੈ ਵੀ 2 ਕਰੋੜ ਰੁਪਈਆ ਦੇ ਰਿਆ ਆ ਤੇ ਉਹ ਤੁਸੀਂ ਸਾਰੇ ਕਾਰਨ ਉਹੀ ਕਾਰਨ ਆ ਜਿਹੜਾ ਕੰਚ ਦਿੰਦੇ ਆ ਉਹੀ ਕਾਰਨ ਆ ਜਿਹੜਾ ਬੀਬੀ ਜੀ ਲੰਗਰ ਚਲਾਉਂਦੇ ਸੀ ਉਹੀ ਕਾਰਨ ਆ ਕਿ ਨਿਰੰਤਰ 24 ਘੰਟੇ ਉਹਨਾਂ ਦੇ ਘਰ ਪਾਠ ਚੱਲਦਾ ਰਹਿੰਦਾ ਹੈ ਹਰ ਕੋਟ ਤੇ ਗੁਰੂ ਨਾਨਕ ਦੇ ਘਰ ਦਾ ਲਗਾਤਾਰੀ ਠੰਡ ਸਭ ਦਾ ਸਹਿਯੋਗ ਜ਼ਰੂਰ ਕੀਤਾ ਹੈ ਉਹਦੇ ਵਿੱਚ ਉਹੀ ਸਹਿਯੋਗ ਆ ਨੀ ਸਹਿਯੋਗ ਦੀ ਜ਼ਿਕਰ ਕੀਤੀ ਜੇ ਉਹ ਦੋਨਾਂ ਨੇ ਜਿਹੜੀ ਕਹੀ ਸੀ ਦੇਖੋ ਚੰਗੇ ਨੂੰ ਚੰਗਾ ਕਹਿਣਾ ਚਾਹੀਦਾ ਦੁਨੀਆ ਦੇ ਵਿੱਚ ਨਹੀਂ ਹੈ ਜਿੱਥੇ ਉਹਨਾਂ ਤੇ ਇਹ ਵੀ ਇਲਜ਼ਾਮ ਲੱਗਦੇ ਹੁੰਦੇ ਸੀ ਵੀ ਟੈਚੀ ਭਰ-ਭਰ ਕੇ ਲੈਂਦੇ ਆ ਦੇਖੋ ਅਸੀਂ ਦੇਖੇ ਨਹੀਂ ਉੱਥੇ ਅਸੀਂ ਮਾੜਾ ਵੀ ਕਹਿੰਦੇ ਆ ਪਰ ਜਿੱਥੇ ਉਹਨਾਂ ਨੇ ਅਕਸਰ ਕੀ ਆਪਦੇ ਜਿਹੜੇ ਪਾਰਟੀ ਦੇ ਬੰਦੇ ਸੀ ਉਹਨਾਂ ਨੂੰ ਕਹਿੰਦੇ ਹੁੰਦੇ ਸੀ ਫਲਾਣੇ ਦੇ ਨਸ਼ੀਬੀ ਹੈ ਉਹਦੋਂ ਆਹ ਨਾ ਲਾਇਆ ਜੇ ਫਲਾਣੇ ਦੇ ਕੋਲ ਕੋਰਬੇ ਮਿੱਠਾ ਵਰਤਾਇਆ ਜੇ ਇੱਥੋਂ ਦੀ ਸੰਗਤ ਜਾਵੇਗੀ ਆ ਕਰਨਗੇ ਹਨਾ ਮੈਂ ਤਾਂ ਬੀਬੀ ਜੀ ਦਾ ਧੰਨਵਾਦ ਕਰਦਾ ਕਿ ਮੈਨੂੰ ਲੰਗਰ ਦੇ ਵਿੱਚ ਉਹਨਾਂ ਨੇ ਜੋੜਿਆ ਨਹੀਂ ਤਾਂ ਮੈਂ ਜੁੜਦਾ ਨਾ ਜ਼ਿੰਦਗੀ 'ਚ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਕੋਈ ਹੋਰ ਵੀ ਮਨ ਦੇ ਵਿੱਚ ਸਵਾਲ ਹੋਇਆ ਤੇ ਜ਼ਰੂਰ ਜਾਣਨ ਦਾ ਯਤਨ ਕਰਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ